ਹਾਂਜੀ ਭਾਈ ਜੀ, ਤੁਸੀਂ ਟਿਕਟ ਰਹਿ ਗਈ ਲੈ ਲਓ, ਅੱਗੇ ਚੈਕਰ ਖੜੇ ਨੇ ਭਾਈ। ਉਹ ਆ ਪਰਸ ਕਿਹਦਾ ਬਾਈ? ਪਰਸ ਲੈ ਲੋ ਬਾਈ, ਜਿਹਦਾ ਵੀ ਹੈ ਯਾਰ। ਭਾਈ ਇਹ ਤਾਂ ਮੇਰਾ ਪਰਸ ਹੈ। ਬਾਬੇ ਦੇਖ, ਪਰਸ ਮੈਂ ਨੀ ਦੇ ਸਕਦਾ ਤੈਨੂੰ, ਆਪਣੀ ਨਿਸ਼ਾਨੀ ਦੱਸ ਦੇ ਕੋਈ, ਜੇ ਤੇਰੀ ਹੈਗੀ ਕੋਈ ਅੱਜ ਮੈਂ ਤੈਨੂੰ ਦੇ ਦਿੰਦਾ। ਨਿਸ਼ਾਨੀ ਪੁੱਤੇ ਚ ਰਹਿਰਾ ਸਾਹਿਬ ਜੀ ਦਾ ਪਾਠ ਲਿਖਿਆ ਸ਼ਬਦ, ਔਖੀ ਘੜੀ ਨਾਲ ਦੇਖਣ ਲਈ ਆਪਣਾ ਵਿਰਦ ਸੰਭਾਲੇ। ਸ਼ਬਦ ਔਖੀ ਘੜੀ ਨਾ ਦੇਖਣ ਲਈ। ਬਾਬਾ ਲੋਕੀ ਤਾਂ ਪਰਸ ਚ ਆਪਣੀ ਘਰਵਾਲੀ ਦੀ, ਆਪਣੇ ਬੱਚਿਆਂ ਦੀ ਫੋਟੋਆਂ ਪਾਉਂਦੇ ਨੇ, ਤੂੰ ਸ਼ਬਦ ਲਿਖੀ ਬੈਠਾ ਪਰਸ ਚ ਕੀ ਗੱਲ? ਬਾਬਾ ਤੂੰ ਤਾਂ ਬਾਲਾ ਹੀ ਗੁਰਮੁਖ ਲੱਗਦਾ ਯਾਰ। ਪੁੱਤ ਗੁਰਮੁਖ ਤਾਂ ਮੈਨੂੰ ਮੇਰੇ ਪੁੱਤਾਂ ਨੇ ਬਣਾਤਾ। ਕਿਉਂ ਬਾਬਾ ਜੀ, ਕੀ ਗੱਲ ਹੋ ਗਈ? ਪੁੱਤ ਲੰਮੀ ਕਹਾਣੀ ਹੈ ਇਹ। ਬਾਬਾ ਕੋਈ ਗੱਲ ਨੀ, ਮੈਂ ਵਿਹਲਾ ਹੀ ਆ, ਮੈਨੂੰ ਵੀ ਦੱਸ ਕਹਾਣੀ ਕੀ ਆ। ਆਇਆ ਬਹਿ ਜਾ ਪੁੱਤ ਫਿਰ। ਡਾਕਟਰ ਨੂੰ ਬੁਲਾ ਲਿਆ ਤੂੰ? ਬਾਪੂ ਡਾਕਟਰ ਨੂੰ ਤਾਂ ਬੁਲਾ ਲਿਆ ਵਾ, ਪਰ ਉਹਦੀ ਫੀਸ ਜੋਗੇ ਪੈਸੇ ਨਹੀਂ ਹੈਗੇ। ਪੁੱਤ ਆਪਣੀ ਜ਼ਮੀਨ ਦਾ ਖੁਸ਼ੀ ਸਾਹਿਬ ਵੇਚ ਕੇ ਮੇਰਾ ਇਲਾਜ ਕਰਾ ਦੇ, ਮੈਂ ਬਹੁਤ ਔਖਾ। ਆ ਗਿਆ ਪੁੱਤ। ਪੁੱਤ ਡਾਕਟਰ ਸਾਹਿਬ ਵਾਸਤੇ ਕੁਰਸੀ ਲਿਆ। ਬਹਿ ਜਾ ਡਾਕਟਰ ਸਾਹਿਬ ਜੀ। ਡਾਕਟਰ ਸਾਹਿਬ ਨਬ ਜਰੋ ਚੈੱਕ ਹੁੰਦੀ ਹੈ? ਬਾਬਾ ਜੀ ਮੈਂ ਡਾਕਟਰ ਨੀ ਆਇਆ, ਵਕੀਲ ਆਈ, ਤੁਹਾਡੇ ਮੁੰਡੇ ਬੁਲਾ ਕੇ ਲਿਆਇਆ ਮੈਨੂੰ। ਹਾਂ ਸਾਡਾ ਬਾਪੂ ਮਰਨੇ ਵਾਲਾ, ਬਾਅਦ ਚ ਫਿਰ ਲੜਾਈਆਂ ਹੁੰਦੀਆਂ ਰਹਿਣਗੀਆਂ। ਹਾਂ ਪਹਿਲਾਂ ਹੀ ਜ਼ਮੀਨ ਦੀ ਵੰਡ ਕਰ ਲਈਏ। ਸਾਰੀ ਜ਼ਮੀਨ ਗੁਰਦੁਆਰੇ ਨਾਮ ਕਰਾਤੀ ਤੇ ਉਹ ਸ਼ਬਦ ਲਿਖ ਕੇ ਪਰਚ ਪਾ ਲਿਆ, ਤੇ ਬਾਬਾ ਜੀ ਦੀ ਇੰਨੀ ਮਿਹਰ ਹੋਈ।
ਮੈਂ ਠੀਕ ਹਾਂ ਬਾਬੇ ਤੇਰੇ ਨਾਲ ਤਾਂ ਬਹੁਤ ਮਾੜੀ ਬੀਤੀ ਹੈ ਤੇ ਪਰਮਾਤਮਾ ਸਾਰਿਆਂ ਨੂੰ ਖੁਸ਼ ਰੱਖੇ ਠੀਕ ਹੈ ਤਾਂ ਮੈਂ ਚੱਲਦਾ ਠੀਕ ਹੈ ਔਖੀ ਘੜੀ ਨਾ ਦੇਖਣ ਦੇ ਆਪਣਾ ਬਿਰਧ ਸੰਭਾਲ।